ਸਤਿ ਸ਼੍ਰੀ ਅਕਾਲ ਮਹਿੰਦਰ, ਤੁਹਾਡੇ ਨਵੇਂ ਟਰੈਕਟਰ ਲਈ ਮੁਬਾਰਕਾਂ। ਤੁਸੀਂ ਰਾਤੋ ਰਾਤ ਇੱਕ ਆਧੁਨਿਕ ਕਿਸਾਨ ਬਣ ਗਏ ਹੋ। ਮੈਂ ਤੁਹਾਡੇ ਲਈ ਖੁਸ਼ ਹਾਂ। ਧੰਨਵਾਦ ਅਵਿਨਾਸ਼, ਇਹ ਮੇਰਾ ਬਹੁਤ ਸਮੇਂ ਦਾ ਸੁਪਨਾ ਹੈ। ਮੇਰਾ ਵੀ, ਪਰ ਮੈਨੂੰ ਨਹੀਂ ਪਤਾ ਚੰਗਾ ਸਮਾਂ ਕਦੋਂ ਆਵੇਗਾ। ਤੁਸੀਂ ਟਰੈਕਟਰ ਕਿਵੇਂ ਖਰੀਦਿਆ ਸੀ? ਤੁਹਾਨੂੰ ਇੰਨਾ ਪੈਸਾ ਕਿੱਥੋਂ ਮਿਲਿਆ? ਕੀ ਤੁਸੀਂ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਉਧਾਰੀ ਲਿਆ ਸੀ? ਮੈਂ ਚੋਲਾ ਫਾਈਨੈਂਸ ਤੋਂ ਟਰੈਕਟਰ ਲੋਨ ਲਿਆ। ਚੋਲਾ ਫਾਈਨੈਂਸ, ਨਾਮ ਸੁਣਿਆ ਲੱਗਦਾ ਹੈ। ਹਾਂ ਵਿਨਾਸ਼, ਸੰਤੋਸ਼ ਅਤੇ ਰਾਜ ਸ਼ੇਖਰ ਨੇ ਵੀ ਚੋਲਾ ਫਾਈਨੈਂਸ ਦੇ ਟਰੈਕਟਰ ਖਰੀਦੇ ਹਨ। ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਅਤੇ ਚੋਲਾ ਫਾਈਨੈਂਸ ਦਾ ਹਵਾਲਾ ਦਿੱਤਾ। ਅੱਛਾ। ਹਾਂ, ਮੈਂ ਸਿਰਫ ਉਹਨਾਂ ਨੂੰ ਕਾਲ ਕੀਤੀ ਅਤੇ ਚੋਲਾ ਕਰਮਚਾਰੀ ਨੇ ਮੇਰੇ ਘਰ ਆ ਕੇ ਆਪਣੇ ਟੈਬ ਵਿੱਚ ਫਾਰਮ ਵਿੱਚ ਮੇਰੀ ਸਹਾਇਤਾ ਕੀਤੀ ਅਤੇ ਮੇਰੇ ਸਾਰੇ ਦਸਤਾਵੇਜ਼ ਸਕੈਨ ਕਰਕੇ ਅਪਲੋਡ ਕੀਤੇ। ਮੈਨੂੰ ਉਹਨਾਂ ਦੇ ਦਫ਼ਤਰ ਨਹੀਂ ਜਾਣਾ ਪਿਆ। ਉਹਨਾਂ ਨੇ ਮੇਰੇ ਲਈ ਸਾਰਾ ਕੁਝ ਮੇਰੇ ਸਾਹਮਣੇ ਹੀ ਬਹੁਤ ਆਸਾਨੀ ਨਾਲ ਕੀਤਾ ਸੀ। ਮਤਲਬ ਤੁਹਾਨੂੰ ਕਰਜ਼ੇ ਦੀ ਅਰਜ਼ੀ ਦੇਣ ਵਾਸਤੇ ਸ਼ਹਿਰ ਉਹਨਾਂ ਦੇ ਦਫ਼ਤਰ ਨਹੀਂ ਜਾਣਾ ਪਿਆ? ਨਾ ਅਵਿਨਾਸ਼, ਚੋਲਾ ਦੀਆਂ ਪੂਰੇ ਭਾਰਤ ਵਿੱਚ 1000 ਤੋਂ ਵੱਧ ਸ਼ਾਖਾ ਹਨ। ਬਸ ਇੱਕ ਨਾਲ ਕੰਟੈਕਟ ਕਰੋ ਅਤੇ ਉਹ ਤੁਹਾਡੇ ਘਰ ਆਉਣਗੇ, ਜਾਂ ਜੇ ਤੁਸੀਂ ਸ਼ਾਖਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ। ਉਹਨਾਂ ਦਾ ਸਟਾਫ ਬਹੁਤ ਸਹਾਇਕ ਅਤੇ ਦੋਸਤਾਨਾ ਹੈ। ਕੀ ਉਹ ਪੁਰਾਣੇ ਟਰੈਕਟਰ ਵਾਸਤੇ ਵੀ ਫਾਈਨੈਂਸ ਕਰਦੇ ਹਨ? ਹਾਂ ਬਿਲਕੁਲ, ਚੋਲਾ ਨਵੇਂ ਅਤੇ ਪੁਰਾਣੇ ਟਰੈਕਟਰ ਵਾਸਤੇ ਕਰਜ਼ਾ ਦਿੰਦਾ ਹੈ। ਉਹ ਪੁਨਰ ਫਾਈਨੈਂਸ ਵੀ ਕਰਦੇ ਹਨ। ਚੋਲਾ 40 ਸਾਲਾਂ ਤੋਂ ਵਾਹਨ ਫਾਈਨੈਂਸ ਅਤੇ ਪਿਛਲੇ 10 ਸਾਲਾਂ ਤੋਂ ਟਰੈਕਟਰ ਫਾਈਨੈਂਸ ਪ੍ਰਦਾਨ ਕਰ ਰਿਹਾ ਹੈ। ਚੋਲਾ ਮੇਰੇ ਤੋਂ ਵੱਡਾ ਹੈ। ਮੇਰੇ ਅਤੇ ਤੁਹਾਡੇ ਵਰਗੇ ਲੱਖਾਂ ਲੋਕ ਚੋਲਾ ਕਰਕੇ ਬਿਹਤਰ ਜੀਵਨ ਬਤੀਤ ਕਰ ਰਹੇ ਹਨ। ਇਹ ਬਹੁਤ ਭਰੋਸੇਮੰਦ ਕੰਪਨੀ ਹੈ। ਜੇ ਤੁਹਾਨੂੰ ਸਮਾਂ ਲੱਗੇ ਤਾਂ ਸੰਤੋਸ਼ ਅਤੇ ਰਾਜ ਸ਼ੇਖਰ ਨਾਲ ਗੱਲ ਕਰਿਓ। ਉਹਨਾਂ ਦੇ ਜੀਵਨ ਵੀ ਟਰੈਕਟਰ ਖਰੀਦ ਕਰਕੇ ਹੀ ਬਦਲੇ ਹਨ ਅਤੇ ਹੁਣ ਕੰਮ ਹੋਰ ਵੀ ਤੇਜ਼ ਅਤੇ ਸੌਖਾ ਹੋ ਗਿਆ ਹੈ। ਮੈਂ ਬਿਲਕੁਲ ਮੰਨਦਾ ਹਾਂ। ਖੇਤੀ ਦੇ ਦੂਜੇ ਉਪਕਰਨਾਂ ਬਾਰੇ ਕੀ ਵਿਚਾਰ ਹੈ? ਕੀ ਚੋਲਾ ਉਹਨਾਂ ਲਈ ਵੀ ਫਾਈਨੈਂਸ ਕਰਦਾ ਹੈ? ਹਾਂ, ਚੋਲਾ ਫਾਈਨੈਂਸ ਟਰਾਲੀਆਂ ਵਰਗੇ ਹੋਰ ਖੇਤੀ ਦੇ ਉਪਕਰਨਾਂ ਵਾਸਤੇ ਵੀ ਪੈਸੇ ਦਿੰਦਾ ਹੈ। ਕੀ ਚੋਲਾ ਬੀਮਾ ਵੀ ਕਰਦਾ ਹੈ? ਹਾਂ ਜ਼ਰੂਰ, ਉਹ ਕਰਦੇ ਹਨ। ਉਹ ਤੁਹਾਡੀਆਂ, ਤੁਹਾਡੇ ਪਰਿਵਾਰ ਅਤੇ ਤੁਹਾਡੇ ਟਰੈਕਟਰ ਲਈ ਤੁਹਾਡੀ ਬੀਮੇ ਸੰਬੰਧੀ ਸਭ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ। ਇਹ ਤਾਂ ਵਧੀਆ ਗੱਲ ਹੈ। ਮੈਂ ਇੱਕੋ ਕੰਪਨੀ ਰਾਹੀਂ ਸਭ ਕੁਝ ਕਰਵਾ ਸਕਦਾ ਹਾਂ। ਤਾਂ ਚੋਲਾ ਚੋ ਕਰਜ਼ਾ ਲੈਣ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ? ਅਵਿਨਾਸ਼, ਚੋਲਾ ਵਿੱਚ ਸਭ ਕੁਝ ਡਿਜੀਟਲ ਆ। ਤੁਸੀਂ ਚੋਲਾ ਨੂੰ ਕਾਲ ਕਰਦੇ ਹੋ, ਉਹ ਆਪਣੇ ਕਰਮਚਾਰੀ ਨੂੰ ਭੇਜਦੇ ਹਨ ਜੋ ਤੁਹਾਡੇ ਨਾਲ ਬੈਠ ਕੇ ਉਹਨਾਂ ਦੇ ਟੈਬ ਵਿੱਚ ਫਾਰਮ ਭਰੇਗਾ, ਦਸਤਾਵੇਜ਼ਾਂ ਨੂੰ ਸਕੈਨ ਕਰੇਗਾ ਅਤੇ ਤੁਹਾਡੀ ਕਰਜ਼ੇ ਦੀ ਅਰਜ਼ੀ ਤੇ ਤੇਜ਼ੀ ਨਾਲ ਪ੍ਰਕਿਰਿਆ ਕਰੇਗਾ। ਤੁਸੀਂ ਚੋਲਾ ਐਪ ਜਾਂ ਗਾੜੀ ਬਾਜ਼ਾਰ ਐਪ ਨੂੰ ਵੀ ਚੋਲਾ ਨਾਲ 24/7 ਸਮੇਂ ਜੁੜ ਸਕਦੇ ਹੋ। ਤਾਂ ਕੀ ਪ੍ਰਕਿਰਿਆ ਅਤੇ ਦਸਤਾਵੇਜ਼ੀਕਰਨ ਬਹੁਤ ਲੰਬਾ ਹੈ? ਨਾ, ਪ੍ਰਕਿਰਿਆ ਬਹੁਤ ਸੌਖੀ ਅਤੇ ਦਸਤਾਵੇਜ਼ੀਕਰਨ ਸਧਾਰਨ ਹੈ। ਸਭ ਕੁਝ ਡਿਜੀਟਲ ਆ। ਤੁਸੀਂ ਤੁਹਾਡੇ ਮੋਬਾਈਲ ਨਾਲ ਟਰੈਕਟਰ ਦੇ ਕਰਜ਼ੇ ਦੀਆਂ ਤੁਹਾਡੀਆਂ ਮਹੀਨਾਵਾਰ EMIs ਦਾ ਭੁਗਤਾਨ ਵੀ ਕਰ ਸਕਦੇ ਹੋ। ਭੁਗਤਾਨ ਲਈ ਹੋਰ ਵੀ ਸੁਹੇਲੇ ਵਿਕਲਪ ਉਪਲਬਧ ਹਨ। ਅੱਛਾ, ਚੋਲਾ ਬਾਰੇ ਇੱਕ ਵਧੀਆ ਗੱਲ ਇਹ ਹੈ ਕਿ ਤੁਸੀਂ ਤੁਹਾਡੀਆਂ ਕਰਜ਼ੇ ਦੀ ਸਾਰੀਆਂ ਜ਼ਰੂਰਤਾਂ ਵਾਸਤੇ ਇੱਕੋ ਰਿਲੇਸ਼ਨਸ਼ਿਪ ਮੈਨੇਜਰ ਨਾਲ ਗੱਲ ਕਰ ਸਕਦੇ ਹੋ। ਉਹ ਇੱਕ ਵਿਅਕਤੀ ਤੁਹਾਡੀ ਅਰਜ਼ੀ ਤੋਂ ਲੈ ਕੇ NOC ਤੱਕ ਪ੍ਰਕਿਰਿਆ ਵਿੱਚ ਸਹਾਇਕ ਰਹੇਗਾ। ਮੈਨੂੰ ਇਸ ਦੀ ਹੀ ਲੋੜ ਸੀ। ਇੱਕੋ ਜ਼ਰੂਰਤ ਵਾਸਤੇ ਅਲੱਗ ਅਲੱਗ ਲੋਕਾਂ ਨਾਲ ਗੱਲ ਕਰਨਾ ਥਕਾ ਦੇਵੇਗਾ। ਮੈਂ ਇੱਕ ਹੋਰ ਗੱਲ ਪੁੱਛਣੀ ਹੈ। ਮੁੜ ਭੁਗਤਾਨ ਵਿਕਲਪਾਂ ਬਾਰੇ ਕੀ ਵਿਚਾਰ ਹੈ? ਕੀ ਉਹ ਲਚਕਤਾ ਪੇਸ਼ ਕਰਦੇ ਹਨ? ਹਾਂ, ਚੋਲਾ ਤੁਹਾਨੂੰ ਤੁਹਾਡੀ ਪਸੰਦ ਮੁਤਾਬਕ ਫਸਲੀ ਚੱਕਰ, ਮਹੀਨਾਵਾਰ, 2 ਮਹੀਨੇ, ਤਿਮਾਹੀ, ਛਮਾਹੀ ਵਾਲੀ ਪੁਨਰ ਭੁਗਤਾਨ ਦੀ ਲਚਕਤਾ ਪੇਸ਼ ਕਰਦਾ ਹੈ। ਇਹ ਤਾਂ ਬਹੁਤ ਵਧੀਆ ਹੈ। ਅਵਿਨਾਸ਼, ਜੀਵਨ ਵਿੱਚ ਚੰਗੀਆਂ ਚੀਜ਼ਾਂ ਨੂੰ ਨਾ ਟਾਲੋ। ਅੱਜ ਹੀ ਚੋਲਾ ਫਾਈਨੈਂਸ ਨੂੰ ਨਾਲ ਕਰੋ। ਕਿਸਾਨ ਹੋਣ ਨਾਤੇ ਅਸੀਂ ਆਪ ਦਾ ਵਿਕਾਸ ਕਰਕੇ ਆਪਣੇ ਰਾਸ਼ਟਰ ਦੇ ਵਿਕਾਸ ਵਿੱਚ ਹਿੱਸਾ ਪਾ ਸਕਦੇ ਹਾਂ। ਮੈਨੂੰ ਮੇਰੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਧੰਨਵਾਦ। ਜੈ ਕਿਸਾਨ।